ਲੈ ਲੈਂਦੇ ਹਾਂ। ਗੈਰ ਕਾਨੂੰਨੀ ਕੰਮ ਕਰਨ ਤੋਂ ਨਾ ਕਰਨ 'ਤੇ ਮੈਨੂੰ ਕਹਿੰਦਾ DGP ਦੇ ਅਹੁਦੇ ਤੋਂ ਹਟਾਇਆ ਗਿਆ, VK ਭਾਵਰਾ ਨੇ ਕਿਹਾ ਜੀ। VK ਭਾਵਰਾ ਜਿਹੜੇ ਹੈਗੇ ਜੀ, ਇੱਕ ਪ੍ਰੋਫੈਸ਼ਨਲ ਪੁਲਿਸ ਅਫਸਰ ਹੈਗੇ ਪੰਜਾਬ ਦੇ ਜੀ, ਔਰ ਬੜਾ ਇਹਨਾਂ ਦਾ ਇੱਕ ਕੈਰੀਅਰ ਜਿਹੜਾ ਹੈਗਾ ਉਹਨੂੰ ਆਪਾਂ ਬੇਦਾਗ ਜਿਹਾ ਕੈਰੀਅਰ ਹੀ ਕਵਾਂਗੇ। ਹੋਇਆ ਇਹ ਸੀ ਕਿ ਅਸਲ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਹੈ, ਉਹ ਕਤਲ ਕਿਵੇਂ ਹੋਇਆ? ਮੇਰਾ ਕਹਿਣਾ ਵੀ ਉਹ ਗੱਲ ਗੁੱਝੀ ਛਿਪੀ ਰਹੀ ਗਈ, ਕਿਉਂਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਘਟਾਤੀ ਸੀ, ਔਰ ਘਟਾਉਣ ਤੋਂ ਬਾਅਦ ਫਿਰ ਉਹਦਾ ਜ਼ਿਕਰ ਕੀਤਾ ਗਿਆ ਅਖਬਾਰਾਂ ਦੇ ਵਿੱਚ, ਸੋਸ਼ਲ ਮੀਡੀਆ ਤੇ ਦੱਸਿਆ ਗਿਆ ਕਿ ਬੰਦੇ ਦੀ ਸਿਕਿਉਰਿਟੀ 'ਚ ਕੱਟ ਕਰ ਦਿੱਤੀ ਹੈ। ਉਹ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਮਰਡਰ ਹੁੰਦਾ, ਮਰਡਰ ਤੋਂ ਬਾਅਦ ਗੋਲਡੀ ਬਰਾੜ ਦੀ ਜਿਹੜੀ ਇੰਟਰਵਿਊ ਹੁੰਦੀ ਹੈ ਕੁਛ ਚੈਨਲਾਂ ਦੇ ਨਾਲ, ਉਹਨਾਂ ਨੇ ਉਹਦੇ ਵਿੱਚ ਇਹ ਗੱਲ ਮੰਨੀ ਹੈ ਕਿ ਜਦੋਂ ਸਾਨੂੰ ਇਹ ਪਤਾ ਲੱਗਿਆ ਕਿ ਉਹਦੀ ਸਿਕਿਉਰਿਟੀ ਘਟਾਤੀ ਤੇ ਸਾਨੂੰ ਅਹਿਸਾਸ ਹੋ ਗਿਆ ਕਿ ਆਹੀ ਉਹ ਸਮਾਂ ਜਦੋਂ ਇਹਨੂੰ ਖਤਮ ਕੀਤਾ ਜਾ ਸਕਦਾ, ਇਹਨੂੰ ਕਤਲ ਕੀਤਾ ਜਾ ਸਕਦਾ, ਸੋ ਅਸੀਂ ਨਾਲ ਦੀ ਨਾਲ ਹੀ ਉਹ ਮੌਕਾ ਹੱਥੋਂ ਨਿਕਲ ਨਹੀਂ ਦਿੱਤਾ ਤੇ ਉਹਨੂੰ ਕਤਲ ਕਰਵਾ ਦਿੱਤਾ। ਇਹ ਗੱਲ ਹੈ ਤਾਂ ਉਦੋਂ ਤੁਹਾਡੇ ਯਾਦ ਹੋਣਾ ਸ਼ਾਮ ਨੂੰ ਸ਼ਾਇਦ ਭਾਵਰਾ ਸਾਹਿਬ ਨੇ ਕਿਸੇ ਦੇ ਕਹਿਣ ਦੇ ਉੱਤੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਇੱਕ ਜ਼ਿਕਰ ਕੀਤਾ ਸੀ ਕਿ ਇਹ ਗੈਂਗਸਟਰਾਂ ਦੀ ਆਪਸੀ ਲੜਾਈ ਦਾ ਨਤੀਜਾ ਸਿੱਧੂ ਮੂਸੇਵਾਲੇ ਦਾ ਕਤਲ। ਉਹਦੇ ਵਿੱਚ ਉਸ ਚੀਜ਼ ਨੂੰ ਛੁਪਾਉਣ ਦਾ ਯਤਨ ਕੀਤਾ ਗਿਆ ਸੀ ਕਿ ਉਹਨਾਂ ਦੀ ਸਿਕਿਉਰਿਟੀ ਦੀ ਜਿਹੜੀ ਕਟੌਤੀ ਕੀਤੀ ਗਈ ਸੀ ਉਹਦਾ ਜ਼ਿਕਰ ਜਿਹੜਾ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਹੋ ਗਿਆ ਸੀ। ਇਹ ਗੱਲ ਦੇ ਵਿੱਚ ਮੇਰਾ ਖਿਆਲ ਵੀ ਉਹਨਾਂ ਨੇ ਮੌਕੇ ਦੇ ਪ੍ਰਭੂਆਂ ਨੂੰ ਬਚਾਉਣ ਦਾ ਯਤਨ ਕੀਤਾ ਸੀ, ਤੇ ਮੈਂ ਸਮਝਦਾ ਕਿ ਇੱਥੇ ਭਾਵਰਾ ਸਾਹਿਬ ਠੀਕ ਨਹੀਂ ਸੀ। ਹੁਣ ਭਾਵਰਾ ਸਾਹਿਬ ਇਸ ਵੇਲੇ ਜਿਹੜੇ ਹੈਗੇ ਜੀ ਬਿਲਕੁਲ ਰਿਟਾਇਰਮੈਂਟ ਦੇ ਨੇੜੇ ਬੈਠੇ ਹੈ, ਤੇ ਭਾਵਰਾ ਸਾਹਿਬ ਤੋਂ ਬਾਅਦ ਸਾਡੇ ਐਕਟਿੰਗ DGP ਲਾਏ ਸੀ ਮਿਸਟਰ ਗੌਰਵ ਯਾਦਵ। ਗੌਰਵ ਯਾਦਵ ਸਾਹਿਬ ਅੱਜ ਵੀ ਪਰਮਾਨੈਂਟ DGP ਨਹੀਂ, ਇਹ ਐਕਟਿੰਗ DGP ਹੈ, ਕਿਉਂਕਿ ਜਿਹੜਾ ਪਰਮਾਨੈਂਟ DGP ਹੈ ਜੀ ਉਹਦੇ ਵਾਸਤੇ ਇੱਕ ਨਿਯਮ ਬਣਾਇਆ, ਸੁਪਰੀਮ ਕੋਰਟ ਦਾ ਇੱਕ ਹੁਕਮ ਸੀ ਕਿ ਜਿੰਨੇ ਵੀ ਸੀਨੀਅਰ IPS ਅਧਿਕਾਰੀ ਹੈ ਜਿਹੜੇ DGP ਬਣ ਦੇ ਲਾਇਕ ਹੋਣ, ਜਿਹਨਾਂ ਦੀ ਸਮਰੱਥਾ ਹੋਵੇ, ਜਿਹਨਾਂ ਦੀ ਸੀਨੀਓਰਿਟੀ ਬਣਦੀ ਹੋਵੇ, ਉਹਨਾਂ ਦੀ ਇੱਕ ਲਿਸਟ ਜਿਹੜੀ ਹੈ ਸਟੇਟ ਗੌਰਮੈਂਟ ਵੱਲੋਂ ਭੇਜੀ ਜਾਂਦੀ ਹੈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੂੰ। ਔਰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਸਟੇਟ ਤੇ ਸੈਂਟਰ ਸਰਕਾਰ ਦੇ ਅਫਸਰਾਂ ਨਾਲ ਰਾਏ ਮਸ਼ਵਰਾ ਕਰਨ ਤੋਂ ਬਾਅਦ ਇੱਕ ਪੈਨਲ ਤਿਆਰ ਕਰਦਾ ਤਿੰਨ ਬੰਦਿਆਂ ਦਾ, ਤਿੰਨ ਅਫਸਰਾਂ ਦਾ ਪੈਨਲ ਬਣਾ ਕੇ ਉਹ ਸਟੇਟ ਗੌਰਮੈਂਟ ਨੂੰ ਵਾਪਸ ਭੇਜ ਦਿੰਦਾ ਕਿ ਭਾਈ ਇਹਨਾਂ ਤਿੰਨਾਂ ਦੇ ਵਿੱਚੋਂ ਜਿਹਨੂੰ ਤੁਸੀਂ ਮਰਜ਼ੀ ਆਪਣਾ DGP ਲਾ ਲਓ ਤੇ ਸਟੇਟ ਗੌਰਮੈਂਟ ਨੇ ਲਾਉਣਾ ਹੁੰਦਾ ਹੈ। ਪਰ ਸਾਡੀ ਇਸ ਸਰਕਾਰ ਨੇ ਆਪਣੇ 2 ਸਾਲਾਂ ਦੇ ਕਾਰਜਕਾਲ ਦੌਰਾਨ ਅਜੇ ਤੱਕ ਜਿਹੜੀ ਹੈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੂੰ ਉਹ ਪੈਨਲ ਨਹੀਂ ਭੇਜਿਆ, ਅਫਸਰਾਂ ਦੀ ਲਿਸਟ ਨਹੀਂ ਭੇਜੀ। ਕਈ ਵਾਰੀ ਅਖਬਾਰਾਂ ਦੇ ਵਿੱਚ ਇਹ ਚਰਚਾ ਚੱਲ ਚੁੱਕੀ ਹੈ ਕਿ ਜਿਹੜੀ ਕੇਂਦਰ ਸਰਕਾਰ ਦਾ ਗ੍ਰਹਿ ਵਿਭਾਗ ਹੈ ਉਹਨੇ ਕਈ ਚਿੱਠੀਆਂ ਵੀ ਪੰਜਾਬ ਸਰਕਾਰ ਨੂੰ ਲਿਖੀਆਂ, ਲੇਕਿਨ ਪੰਜਾਬ ਸਰਕਾਰ ਉਹਨੂੰ ਅਣਗੌਲਿਆ ਕਰ ਦਿੰਦੀ ਹੈ। ਹੁਣ ਸਵਾਲ ਵੱਡਾ ਇਹ ਪੈਦਾ ਹੁੰਦਾ ਕਿ ਜਦੋਂ ਮਾੜੀ ਜਿਹੀ ਕੋਈ ਗਲਤੀ ਹੋ ਜੇ, ਮਾੜੀ ਜਿਹੀ ਕੋਈ ਗੱਲਬਾਤ ਹੋ ਜੇ, ਜਿਹੜੀ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਉੱਡ ਕੇ ਲੈਂਦੀ ਹੈ, ਉਹ ਕੇਂਦਰ ਸਰਕਾਰ ਇਸ ਮਾਮਲੇ ਦੇ ਉੱਤੇ ਜਾਂ ਕੇਂਦਰੀ ਗ੍ਰਹਿ ਵਿਭਾਗ ਚੁੱਪ ਕਿਉਂ ਹੈ? ਸੋ ਕੁਝ ਲੋਕਾਂ ਵੱਲੋਂ ਜਿਹੜਾ ਇਹ ਦੋਸ਼ ਲਾਇਆ ਜਾ ਰਿਹਾ ਕਿ ਅਸਲ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਔਰ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਸਾਹਿਬ ਹੈ ਉਹਨਾਂ ਦੀ ਅੰਡਰਸਟੈਂਡਿੰਗ ਬਹੁਤ ਵਧੀਆ ਬਣੀ ਹੋਈ ਹੈ, ਮੇਰਾ ਖਿਆਲ ਹੈ ਵੀ ਫਿਰ ਇਹੀ ਕਾਰਨ ਹੈ ਕਿ ਇਸ ਮਾਮਲੇ ਦੇ ਉੱਤੇ ਕੋਈ ਬਹੁਤੀ ਗੱਲ ਨਹੀਂ ਸੀ। ਹੁਣ ਜਿਹੜੇ VK ਭਾਵਰਾ ਸਾਹਿਬ ਹੈ, ਪੂਰਾ ਨਾਂ ਇਹਨਾਂ ਦਾ ਵਰੇਸ਼ ਕੁਮਾਰ ਭਾਵਰਾ ਹੈ, ਉਹਨਾਂ ਨੇ ਜੀ ਇੱਕ ਪਟੀਸ਼ਨ ਦਾਇਰ ਕੀਤੀ ਹੈ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ, ਔਰ ਇਹ ਪਟੀਸ਼ਨ ਜਿਹੜੀ ਹੈਗੀ ਹੈ ਬਹੁਤ ਵੱਡੇ ਵਕੀਲ ਮਿਸਟਰ ਪਟਵਾਲੀਆ ਹੈ ਜਿਨ੍ਹਾਂ ਨੇ ਉਹ ਪਟੀਸ਼ਨ ਨੂੰ ਦਾਇਰ ਕੀਤਾ, ਉੱਥੇ ਉਹਨਾਂ ਨੇ ਆਪਣੀ ਗੱਲ ਰੱਖੀ ਹੈ। ਉਹਨਾਂ ਨੇ ਉੱਥੇ ਗੱਲ ਕਹੀ ਹੈ ਕਿ ਭਾਵਰਾ ਸਾਹਿਬ ਨੂੰ ਜਬਰੀ ਜਿਹੜਾ ਹੈਗਾ ਇੱਕ ਕਿਸਮ ਦਾ ਇਹਨਾਂ ਦੇ ਅਹੁਦੇ ਤੋਂ ਹਟਾਇਆ ਗਿਆ। ਭਾਵਰਾ ਸਾਹਿਬ ਨੇ ਕਿਹਾ ਕਿ ਜਦੋਂ ਨਵੀਂ ਸਰਕਾਰ ਬਣੀ ਹੈ
ਨਵੀਂ ਸਰਕਾਰ ਨੇ ਮੇਰੇ ਤੇ ਪ੍ਰੈਸ਼ਰ ਪਾਇਆ ਸੀ। ਕਾਹਦੇ ਵਾਸਤੇ ਪ੍ਰੈਸ਼ਰ ਪਾਇਆ ਸੀ? ਕੁਝ ਬਾਹਰਲੇ ਲੋਕਾਂ ਨੂੰ ਕਹਿੰਦੇ ਅਣ ਅਧਿਕਾਰਤ ਤੌਰ ਦੇ ਉੱਤੇ ਸਿਕਿਉਰਿਟੀ ਦੇਣ ਲਈ ਕਿਹਾ ਸੀ, ਕਹਿੰਦੇ ਮੈਂ ਨਾ ਕਰ ਦਿੱਤੀ। ਕੁਝ ਪੋਲੀਟੀਕਲ ਬੰਦਿਆਂ ਦੇ ਖਿਲਾਫ ਪਰਚੇ ਦਰਜ ਕਰਨ ਲਈ ਕਿਹਾ ਸੀ, ਕਹਿੰਦੇ ਮੈਂ ਨਾ ਕਰ ਦਿੱਤੀ। ਇਸ ਕਰਕੇ ਮੈਨੂੰ ਮੇਰੀ ਮਿਆਦ ਰਹਿੰਦੀ ਸੀ ਔਰ ਮੇਰੀ ਜਿਹੜੀ ਨਿਯੁਕਤੀ ਹੈ ਉਹ ਨਿਯਮਾਂ ਦੇ ਮੁਤਾਬਕ ਹੋਈ ਸੀ ਔਰ ਮੈਨੂੰ ਜਬਰੀ ਪਹਿਲਾਂ ਮਤਲਬ ਜਿਹੜਾ ਹੈਗਾ ਕਿਸੇ ਹੋਰ ਅਹੁਦੇ ਤੇ ਭੇਜ ਦਿੱਤਾ, ਐਕਟਿੰਗ DGP ਲਾਤਾ ਤੇ ਬਾਅਦ ਦੇ ਵਿੱਚ ਮੈਨੂੰ ਪਰਮਾਨੈਂਟ ਅਹੁਦੇ ਤੋਂ ਹਟਾ ਦਿੱਤਾ ਹੈ। ਇਹ ਕਹਿੰਦੇ ਵੀ ਇਹ ਮਾਮਲੇ ਨੂੰ ਲੈ ਕੇ ਉਹ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਹੈ ਜਿਹੜਾ ਉੱਥੇ ਗਏ ਸੀ, ਉੱਥੇ ਜਾ ਕੇ ਉਹਨਾਂ ਨੇ ਆਪਣੀ ਗੱਲ ਰੱਖੀ ਸੀ, ਲੇਕਿਨ ਟ੍ਰਿਬਿਊਨਲ ਨੇ ਉਹਨਾਂ ਦੀ ਪਟੀਸ਼ਨ ਹੈ ਜਿਹੜੀ ਰੱਦ ਕਰ ਦਿੱਤੀ। ਉਹਦੇ ਵਿਰੋਧ ਦੇ ਵਿੱਚ ਹੁਣ ਉਹ ਆਏ ਹੈ ਜੀ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਅਗਲੇ ਦਿਨਾਂ ਦੇ ਵਿੱਚ ਸੁਣਵਾਈ ਕਰਨੀ ਹੈ। ਉਹਨਾਂ ਨੇ ਪੰਜਾਬ ਸਰਕਾਰ ਤੇ ਮੌਜੂਦਾ DGP ਗੌਰਵ ਯਾਦਵ ਸਾਹਿਬ ਹੈ ਜਿਹੜਾ, ਉਹਨਾਂ ਤੋਂ ਜਵਾਬ ਮੰਗ ਲਿਆ ਕਿ ਤੁਸੀਂ ਆਪਣਾ ਜਵਾਬ ਦਿਓ, ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਹੁਣ ਇੱਥੋਂ ਜੇ ਆਪਾਂ ਅੰਦਾਜ਼ਾ ਲਾਈਏ ਚੰਦੀ ਸਾਹਿਬ, ਤਾਂ ਮੇਰੇ ਸਾਹਮਣੇ ਕਈ ਕੇਸ ਆ ਰਹੇ ਹੈ, ਕਿਉਂਕਿ ਪਹਿਲਾਂ ਇਹ ਗੱਲ ਚੱਲੀ ਸੀ ਕਿ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਹੈ ਇਹ ਕਦੇ ਗੱਲ ਕਰਦੇ ਹੁੰਦੇ ਸੀ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੂੰ ਸਿਕਿਉਰਿਟੀ ਦੀ ਕੀ ਲੋੜ ਹੈ, ਉਹ ਡਰਦੇ ਕਿਉਂ ਆ ਲੋਕਾਂ ਤੋਂ? ਤੇ ਜੇ ਉਹਨਾਂ ਨੇ ਲੋਕਾਂ ਤੋਂ ਉਹਨਾਂ ਨੂੰ ਇੰਨਾ ਡਰ ਲੱਗਦਾ ਤੇ ਫਿਰ ਉਹ ਸਿਆਸਤ ਛੱਡ ਦੇਣ। ਆਪਦੇ ਬਾਰੇ ਉਹ ਕਹਿੰਦੇ ਹੁੰਦੇ ਸੀਗੇ ਕਿ ਮੈਨੂੰ ਤਾਂ ਲੋੜ ਹੀ ਨੀ ਸਿਕਿਉਰਿਟੀ ਦੀ। ਇਸੇ ਤਰੀਕੇ ਅਰਵਿੰਦ ਕੇਜਰੀਵਾਲ ਸਾਹਿਬ ਕਹਿੰਦੇ ਹੁੰਦੇ ਸੀਗੇ ਮੈਨੂੰ ਤਾਂ ਗੱਡੀ ਦੀ ਵੱਡੀ ਦੀ ਲੋੜ ਹੀ ਨੀ, ਮੈਂ ਤਾਂ ਬੈਗਨਰ ਤੇ ਚੱਲਿਆ ਕਰੂੰਗਾ। ਉਹ ਕਹਿੰਦੇ ਸੀ ਬਾਹਰੇ ਕਮਰਿਆਂ ਵਾਲੇ ਮਕਾਨ ਤੋਂ ਕੀ ਲੈਣਾ, 2 ਕਮਰੇ ਵਾਲੇ ਮਕਾਨ ਦੇ ਵਿੱਚ ਹੀ ਸਰ ਜਾਂਦਾ ਹੈ। ਪਰ ਜਦੋਂ ਇਹ ਸਰਕਾਰ ਬਣ ਗਈ ਸੀ, ਇਸ ਸਰਕਾਰ ਨੇ ਸਭ ਤੋਂ ਪਹਿਲਾਂ ਸੁਰੱਖਿਆ ਮੁਹੱਈਆ ਕਰਵਾਉਣ ਦੀ ਜਿਹੜੀ ਹੈ ਸ਼ੁਰੂਆਤ ਕੀਤੀ ਸੀ, ਤਾਂ ਉਹ ਅਰਵਿੰਦ ਕੇਜਰੀਵਾਲ ਤੋਂ ਕੀਤੀ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਜਿਹੜੀ ਪੰਜਾਬ ਪੁਲਿਸ ਦੇ ਜਵਾਨ ਆ ਉਹਨਾਂ ਦੀ ਸਿਕਿਉਰਿਟੀ 'ਚ ਤਾਇਨਾਤ ਕੀਤੇ ਜਾਣ। ਹੁਣ ਵੀ ਆਪਾਂ ਕਈ ਵਾਰੀ ਦੇਖਦੇ ਹਾਂ ਜੇ ਨਿਗਾਹ ਮਾਰੀਏ ਜਿਹੜੀ ਕੇਜਰੀਵਾਲ ਸਾਹਿਬ ਦੀ ਸਿਕਿਉਰਿਟੀ ਹੈ ਤੇ 6-6 ਫੁੱਟ ਤੋਂ ਉੱਪਰਲੇ ਜਿਹੜੇ ਸਿੱਖ ਜਵਾਨ ਹੈ ਉਹ ਤੁਹਾਨੂੰ ਦਿਖਣਗੇ, ਉਹ ਕੋਈ ਦਿੱਲੀ ਦੀ ਪੁਲਿਸ ਦੇ ਨਹੀਂ, ਉਹ ਪੰਜਾਬ ਦੀ ਪੁਲਿਸ ਦੇ ਹੈ। ਇਹ ਵੀ ਕਿਹਾ ਗਿਆ ਕਿ ਉਹਨਾਂ ਦਾ ਹੈੱਡਕੁਆਟਰ ਕਪੂਰਥਲਾ ਹਾਊਸ ਦੇ ਵਿੱਚ ਬਣਾਇਆ ਹੋਇਆ ਔਰ ਉੱਥੇ 1 ਜਾਂ ਪਤਾ ਨਹੀਂ ਕਿੰਨੀਆਂ ਬਟਾਲੀਆਂ ਨੇ ਠਹਿਰਾਈਆਂ ਵੀ ਹੈ, ਜਿਹੜੇ ਨਾ ਸਿਰਫ ਕੇਜਰੀਵਾਲ ਸਾਹਿਬ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਦੇ ਆ, ਸਗੋਂ ਰਾਘਵ ਚੰਨੇ ਨੂੰ ਵੀ ਪ੍ਰੋਵਾਈਡ ਕਰਦੇ ਆ। ਅੱਜ ਕੱਲ ਤਾਂ ਰਾਘਵ ਚੰਨੇ ਨੂੰ ਆਪਾਂ ਕਹਿ ਸਕਦੇ ਕਿ ਉਹ ਇੰਟਾਈਟਲ ਹੈ, ਉਹ ਸਿਕਿਉਰਿਟੀ ਲੈ ਸਕਦਾ ਹੈ ਕਿਉਂਕਿ ਉਹ ਪੰਜਾਬ ਤੋਂ ਰਾਜ ਸਭਾ ਦਾ ਮੈਂਬਰ ਹੈ। ਪਰ ਜਦੋਂ ਪੰਜਾਬ ਤੋਂ ਰਾਜ ਸਭਾ ਦਾ ਮੈਂਬਰ ਨਹੀਂ ਸੀ ਉਦੋਂ ਵੀ ਉਹਦੇ ਕੋਲ ਸਿਕਿਉਰਿਟੀ ਸੀ। ਇਸੇ ਤਰੀਕੇ ਜੇ ਆਪਾਂ ਦੇਖੀਏ ਤਾਂ ਕੁਝ ਲੋਕਾਂ ਦੇ ਖਿਲਾਫ ਕੇਸ ਬਣੇ ਹੈ, ਉਹ ਕੇਸ ਵੀ ਕਹਿੰਦੇ ਵੀ ਭਾਵਰਾ ਸਾਹਿਬ ਕਹਿੰਦੇ ਵੀ ਇਹ ਜਿਹੜੇ ਮੌਜੂਦਾ DGP ਸਾਹਿਬ ਮੈਨੂੰ ਕਹਿੰਦੇ, ਮੌਜੂਦਾ DGP ਸਾਹਿਬ ਤੋਂ ਪਹਿਲਾਂ ਕਹਿੰਦੇ ਸਰਕਾਰ ਮੈਨੂੰ ਕਹਿੰਦੀ ਸੀ ਤੁਸੀਂ ਕੇਸ ਬਣਾਓ, ਮੈਂ ਬਣਾਏ ਦੀ ਔਰ ਇਹ ਕੇਸ ਬਣੀ ਜਾਂਦੇ ਹੈ। ਆਪਾਂ ਨੀ ਕਹਿੰਦੇ ਵੀ ਉਹ ਕੇਸ ਝੂਠੇ, ਉਹਨਾਂ ਦੇ ਵਿੱਚੋਂ ਕੁਛ ਲੋਕ ਉਹ ਹੈ ਜਿਹਨਾਂ ਦਾ ਨਾਂ ਨਸ਼ਿਆਂ 'ਚ ਬੋਲਦਾ ਹੈ, ਉਹਨਾਂ ਦੇ ਖਿਲਾਫ਼ ਕੇਸ ਬਣੇ ਆ ਅਦਾਲਤਾਂ 'ਚ, ਉਹਨਾਂ ਨੂੰ ਜ਼ਮਾਨਤਾਂ ਵੀ ਮਿਲੀਆਂ ਵੀ ਹੈ। ਪਰ ਜੋ ਮਾਮਲੇ ਜੋ ਮੁੱਦੇ ਉਹਨਾਂ ਨੇ ਉਠਾਏ ਹੈ ਇਹਦੇ ਤੇ ਫਿਰ ਆਪਾਂ ਦੇਖੀਏ ਤਾਂ ਤੁਸੀਂ ਇਹ ਦੇਖੋ ਕਿ ਇੱਕ ਤੇਜਿੰਦਰ ਬੱਗਾ ਭਾਰਤੀ ਜਨਤਾ ਪਾਰਟੀ ਦਾ ਲੀਡਰ ਹੁੰਦਾ ਸੀ ਜਿਹਨੇ ਕੇਜਰੀਵਾਲ ਸਾਹਿਬ ਦੇ ਖਿਲਾਫ਼ ਕੁਝ ਟਿੱਪਣੀਆਂ ਕੀਤੀਆਂ ਸੀ, ਉਹਨਾਂ ਦੇ ਉਹਦੇ ਖਿਲਾਫ਼ ਮੁਕੱਦਮਾ ਦਰਜ ਹੁੰਦਾ ਮੋਹਾਲੀ ਦੇ ਵਿੱਚ, ਪੰਜਾਬ ਦੀ ਪੁਲਿਸ ਜਾਂਦੀ ਹੈ ਦਿੱਲੀ ਤੋਂ ਗ੍ਰਿਫ਼ਤਾਰ ਕਰਦੀ ਹੈ, ਰੌਲਾ ਪੈ ਜਾਂਦਾ ਹੈ। ਦਿੱਲੀ ਦੀ ਪੁਲਿਸ ਜਿਹੜੀ ਹੈਗੀ ਆ ਉਹ ਇੱਕ ਆਪਣਾ ਤੁਹਾਡਾ ਜਨਰਲ ਨੋਟਿਸ ਜਾਰੀ ਕਰ ਦਿੰਦੀ ਹੈ, ਅਦਾਲਤ 'ਚੋਂ ਹੁਕਮ ਹੋ ਜਾਂਦਾ ਵਾਰੰਟ ਲੈ ਲੈਂਦੇ ਹੈ, ਔਰ ਹਰਿਆਣੇ ਦੇ ਵਿੱਚ ਹਰਿਆਣਾ ਪੁਲਿਸ ਰੋਕ ਲੈਂਦੀ ਹੈ, ਉੱਥੋਂ ਨੂੰ ਫੜ ਕੇ ਲਿਆਂਦਾ ਜਾਂਦਾ ਹੈ। ਇਸੇ ਤਰੀਕੇ ਆਪਾਂ ਦੇਖੀਏ ਤਾਂ ਜਿਹੜਾ ਕੁਮਾਰ ਵਿਸ਼ਵਾਸ ਹੈ ਕਿਸੇ ਵੇਲੇ ਕੇਜਰੀਵਾਲ ਦੇ ਨਾਲ ਹੁੰਦਾ ਸੀ, ਪਰਚਾ ਉਹਦੇ ਤੇ ਹੋਇਆ। ਅਲਕਾ ਲਾਂਬਾ ਜਿਹੜੀ ਕੁੜੀ ਕਿਸੇ ਜ਼ਮਾਨੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਹੁੰਦੀ ਸੀ, ਅੱਜ ਕੱਲ੍ਹ ਕਾਂਗਰਸ ਪਾਰਟੀ ਦੀ, ਪਰਚਾ ਉਹਦੇ ਤੇ ਹੋਇਆ ਔਰ ਇਹ ਪਰਚੇ ਦਰਜ ਕਿਹਨੇ ਕੀਤੇ? ਦਿੱਲੀ ਪੁਲਿਸ ਨੇ ਨਹੀਂ ਕੀਤੇ, ਪੰਜਾਬ ਪੁਲਿਸ ਨੇ ਦਰਜ ਕੀਤੇ ਸੀ। ਸੋ ਭਾਵਰਾ ਸਾਹਿਬ ਨੇ ਜਿਹੜੇ ਇਲਜ਼ਾਮ ਲਾਏ ਹੈ ਜੇ ਉਹਨਾਂ ਨੂੰ ਆਪਾਂ ਕਸਪੱਟੀ ਦੇ ਉੱਤੇ ਰੱਖ ਕੇ ਦੇਖੀਏ ਤਾਂ ਮੇਰੇ ਖਿਆਲ ਮੁਤਾਬਕ ਚੰਦੀ ਸਾਹਿਬ ਉਹਨਾਂ ਦੇ ਵਿੱਚ ਦਮ ਹੈ
ਇਹ ਨਹੀਂ ਆਪਾਂ ਗੱਲ ਕਹਿ